ਉਹਦੇ ਸਟੇਜ ਦੇ ਉੱਤੇ ਚਮਕੀਲਾ ਜੀ ਨੇ ਬੋਲਿਆ, ਕਹਿੰਦੇ ਵੀ ਇਹ ਸਵਰਨ ਜੀ ਦਾ ਪਿੰਡ ਤੁਹਾਡੇ ਨਾਲ ਹੀ ਆ, ਗਾਇਆ ਸਾਥੋਂ ਬਾਬਾ ਖੋਲਿਆ ਤੇਰਾ ਦਿਲ। ਵਾਹ। ਮੈਂ ਲਾਈਵ ਸੁਣਿਆ ਹੈ ਅਮਰ ਸਿੰਘ ਚਮਕੀਲੇ ਦਾ ਅਖਾੜਾ। ਗਿੱਪੀ ਗਰੇਵਾਲ ਨੇ ਦੱਸਿਆ ਉਸ ਸਮੇਂ ਕੀ ਸੀ ਮਾਹੌਲ। ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ਸ਼ਿੰਦਾ ਸ਼ਿੰਦਾ ਨੂੰ ਪਾਪਾ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਇਹ ਫਿਲਮ ਜੋ ਹੈ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਉਹ ਆਪਣੀ ਨਿਤਨੀ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਰੁੱਝੇ ਹੋਏ ਨੇ। ਇਸ ਦੇ ਵਿਚਾਲੇ ਅਦਾਕਾਰ ਨੇ ਪ੍ਰਮੋਸ਼ਨ ਦੌਰਾਨ ਕਈ ਖੁਲਾਸੇ ਕੀਤੇ। ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਬਾਰੇ ਗਿੱਪੀ ਗਰੇਵਾਲ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਦੱਸ ਦਈਏ ਕਿ ਇੱਕ ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਬਚਪਨ ਦਾ ਕਿੱਸਾ ਸਾਂਝਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਮਰ ਸਿੰਘ ਚਮਕੀਲਾ ਨੂੰ ਉਹਨਾਂ ਨੇ ਲਾਈਵ ਗਾਉਂਦੇ ਹੋਏ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਸੀ। ਗਿੱਪੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਅਖਾੜੇ ਵਿੱਚ ਗਿਆ ਸੀ, ਉਸ ਦਿਨ ਅਮਰ ਸਿੰਘ ਚਮਕੀਲਾ ਨੇ ਭਗਤੀ ਗੀਤ ਗਾਇਆ ਸੀ। ਗਿੱਪੀ ਨੇ ਦੱਸਿਆ ਕਿ ਉਹਨਾਂ ਨੇ ਚਮਕੀਲਾ ਨੂੰ ਲਾਈਵ ਗਾਉਂਦੇ ਹੋਏ ਸੁਣਿਆ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਫਿਲਮਾਂ 'ਚ ਅਖਾੜਿਆਂ ਨੂੰ ਦੇਖਿਆ, ਅਸਲ ਜ਼ਿੰਦਗੀ 'ਚ ਵੀ ਉਹੀ ਹੈ। ਉਹ ਅਖਾੜੇ ਵਿੱਚ ਆਪਣਾ ਗੀਤ ਗਾ ਰਹੇ ਸੀ। ਉਹ ਮੇਰਾ ਪਹਿਲਾ ਅਖਾੜਾ ਸੀ, ਮੈਂ ਬਹੁਤ ਛੋਟਾ ਸੀ। ਉਸ ਅਖਾੜੇ ਵਿੱਚ ਚਮਕੀਲਾ ਨੇ ਗੀਤਕਾਰ ਸਰਵਨ ਸਿਵਿਆ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਸੀਗਾ, ਜਿਸ ਤੋਂ ਬਾਅਦ ਇਸ ਜੋ ਭਗਤੀ ਗੀਤ ਹੈ ਇਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਅਤੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਉਹਨਾਂ ਨੇ ਭਗਤੀ ਗੀਤ ਬਾਬਾ ਤੇਰਾ ਨਨਕਾਣਾ ਸੁਣਿਆ ਸੀਗਾ, ਜੋ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਸੀ। ਦੱਸ ਦਈਏ ਕਿ ਹਾਲ ਹੀ 'ਚ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋਇਆ। ਗਿੱਪੀ ਦੀ ਇਸ ਫਿਲਮ ਨੂੰ ਵੀ ਕਾਫੀ ਜ਼ਿਆਦਾ ਫੈਨਸ ਦੇ ਵੱਲੋਂ ਐਕਸਾਈਟਮੈਂਟ ਭਰੀ ਨਜ਼ਰ ਨਾਲ ਵੇਖਿਆ ਜਾ ਰਿਹਾ। ਟ੍ਰੇਲਰ ਨੂੰ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਉਹਨਾਂ ਦਾ ਬੇਟਾ ਸ਼ਿੰਦਾ ਗਰੇਵਾਲ, ਟੀਵੀ ਐਕਟਰੈਸ ਹੀਨਾ ਖਾਨ ਮੇਨ ਲੀਡ 'ਚ ਨਜ਼ਰ ਆ ਰਹੇ ਆ। ਫਿਲਮ 'ਚ ਖਾਸ ਗੱਲ ਇਹ ਹੈ ਕਿ ਜੋ ਅਸਲ ਜ਼ਿੰਦਗੀ ਦੇ ਵਿੱਚ ਫਾਦਰ ਸਨ ਦੀ ਜੋੜੀ ਹੈ, ਉਹ ਇਸ ਫਿਲਮ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਨਜ਼ਰ ਆਵੇਗੀ। ਯਾਨੀ ਕਿ ਪੁੱਤ ਤੇ ਪਿਓ ਦੀ ਜੋ ਜੋੜੀ ਆ ਔਨ ਸਕਰੀਨ ਵੀ ਸਾਨੂੰ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਗਿੱਪੀ ਗਰੇਵਾਲ ਜੋ ਆ ਉਹਨਾਂ ਦੇ ਵੱਲੋਂ ਦਲਜੀਤ ਦੋਸਾਂਝ ਦੇ ਨਾਲ ਵੀ ਜੋ ਜਿਵੇਂ ਦੇ ਰਿਸ਼ਤੇ ਆ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਹੁਤ ਮਤਲਬ ਵਧੀਆ ਤਰੀਕੇ ਨਾਲ ਕੰਮ ਕੀਤਾ, ਪਰ ਹੁਣ ਦੇ ਟਾਈਮ 'ਚ ਅਜਿਹਾ ਆ ਕਿ ਸਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਜੋ ਲੋਕ ਹੈ ਉਹ ਇਕੱਠਿਆ ਨਹੀਂ ਫਿਲਮ 'ਚ ਲੈ ਸਕਦੇ ਕਿਉਂਕਿ ਸਾਡੀ ਫੀਸ ਹੀ ਇੰਨੀ ਆ। ਤਾਂ ਇਹ ਵੀ ਗੱਲਾਂ ਉਹਨਾਂ ਦੇ ਵੱਲੋਂ ਆਪਣੇ ਪ੍ਰਮੋਸ਼ਨ ਦੇ ਦੌਰਾਨ ਇੰਟਰਵਿਊਜ਼ ਦੇ ਵਿੱਚ ਸਾਂਝੇ ਕੀਤੀਆਂ ਗਈਆਂ ਸੀ, ਜਿਸ ਦੇ ਬਾਅਦ ਫੈਨਸ ਦਾ ਵੀ ਕਿਤੇ ਨਾ ਕਿਤੇ ਭੁਲੇਖਾ ਜਿਹਾ ਸੀਗਾ ਉਹਨਾਂ ਦੇ ਮਨ ਦੇ ਵਿੱਚ ਕਿ ਸ਼ਾਇਦ ਗਿੱਪੀ ਔਰ ਦਲਜੀਤ ਦੇ ਵਿੱਚ ਕੋਈ ਕੰਟਰੋਵਰਸੀ ਚੱਲ ਰਹੀ ਆ, ਉਹ ਵੀ ਦੂਰ ਹੋ ਗਿਆ ਹੋਵੇਗਾ। ਉਹਦੇ ਸਟੇਜ ਦੇ ਉੱਤੇ ਚਮਕੀਲਾ ਜੀ ਨੇ ਬੋਲਿਆ, ਕਹਿੰਦੇ ਵੀ ਇਹ ਸਵਰਨ ਜੀ ਦਾ ਪਿੰਡ ਤੁਹਾਡੇ ਨਾਲ ਹੀ ਆ, ਗਾਇਆ ਸਾਥੋਂ ਬਾਬਾ ਖੋਲਿਆ ਤੇਰਾ ਦਿਲ। ਵਾਹ। ਮੈਂ ਲਾਈਵ ਸੁਣਿਆ ਹੈ ਅਮਰ ਸਿੰਘ ਚਮਕੀਲੇ ਦਾ ਅਖਾੜਾ। ਗਿੱਪੀ ਗਰੇਵਾਲ ਨੇ ਦੱਸਿਆ ਉਸ ਸਮੇਂ ਕੀ ਸੀ ਮਾਹੌਲ। ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ਸ਼ਿੰਦਾ ਸ਼ਿੰਦਾ ਨੂੰ ਪਾਪਾ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਇਹ ਫਿਲਮ ਜੋ ਹੈ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਉਹ ਆਪਣੀ ਨਿਤਨੀ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਰੁੱਝੇ ਹੋਏ ਨੇ। ਇਸ ਦੇ ਵਿਚਾਲੇ ਅਦਾਕਾਰ ਨੇ ਪ੍ਰਮੋਸ਼ਨ ਦੌਰਾਨ ਕਈ ਖੁਲਾਸੇ ਕੀਤੇ। ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਬਾਰੇ ਗਿੱਪੀ ਗਰੇਵਾਲ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਦੱਸ ਦਈਏ ਕਿ ਇੱਕ ਇੰਟਰਵਿਊ ਦੌਰਾਨ
ਗਿੱਪੀ ਗਰੇਵਾਲ ਨੇ ਆਪਣੇ ਬਚਪਨ ਦਾ ਕਿੱਸਾ ਸਾਂਝਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਮਰ ਸਿੰਘ ਚਮਕੀਲਾ ਨੂੰ ਉਹਨਾਂ ਨੇ ਲਾਈਵ ਗਾਉਂਦੇ ਹੋਏ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਸੀ। ਗਿੱਪੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਅਖਾੜੇ ਵਿੱਚ ਗਿਆ ਸੀ, ਉਸ ਦਿਨ ਨਾ ਅਮਰ ਸਿੰਘ ਚਮਕੀਲਾ ਨੇ ਭਗਤੀ ਗੀਤ ਗਾਇਆ ਸੀ। ਗਿੱਪੀ ਨੇ ਦੱਸਿਆ ਕਿ ਉਹਨਾਂ ਨੇ ਚਮਕੀਲਾ ਨੂੰ ਲਾਈਵ ਗਾਉਂਦੇ ਹੋਏ ਸੁਣਿਆ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਫਿਲਮਾਂ 'ਚ ਅਖਾੜਿਆਂ ਨੂੰ ਦੇਖਿਆ, ਅਸਲ ਜ਼ਿੰਦਗੀ 'ਚ ਵੀ ਉਹੀ ਹੈ। ਉਹ ਅਖਾੜੇ ਵਿੱਚ ਆਪਣਾ ਗੀਤ ਗਾ ਰਹੇ ਸੀ। ਉਹ ਮੇਰਾ ਪਹਿਲਾ ਅਖਾੜਾ ਸੀ, ਮੈਂ ਬਹੁਤ ਛੋਟਾ ਸੀ। ਉਸ ਅਖਾੜੇ ਵਿੱਚ ਚਮਕੀਲਾ ਨੇ ਗੀਤਕਾਰ ਸਰਵਨ ਸਿਵਿਆ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਸੀਗਾ, ਜਿਸ ਤੋਂ ਬਾਅਦ ਇਸ ਜੋ ਭਗਤੀ ਗੀਤ ਹੈ ਇਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਅਤੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਉਹਨਾਂ ਨੇ ਭਗਤੀ ਗੀਤ ਬਾਬਾ ਤੇਰਾ ਨਨਕਾਣਾ ਸੁਣਿਆ ਸੀਗਾ, ਜੋ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਸੀ। ਦੱਸ ਦਈਏ ਕਿ ਹਾਲ ਹੀ 'ਚ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋਇਆ। ਗਿੱਪੀ ਦੀ ਇਸ ਫਿਲਮ ਨੂੰ ਵੀ ਕਾਫੀ ਜ਼ਿਆਦਾ ਫੈਨਸ ਦੇ ਵੱਲੋਂ ਐਕਸਾਈਟਮੈਂਟ ਭਰੀ ਨਜ਼ਰ ਨਾਲ ਵੇਖਿਆ ਜਾ ਰਿਹਾ। ਟ੍ਰੇਲਰ ਨੂੰ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਉਹਨਾਂ ਦਾ ਬੇਟਾ ਸ਼ਿੰਦਾ ਗਰੇਵਾਲ, ਟੀਵੀ ਐਕਟਰੈਸ ਹੀਨਾ ਖਾਨ ਮੇਨ ਲੀਡ 'ਚ ਨਜ਼ਰ ਆ ਰਹੇ ਆ। ਫਿਲਮ 'ਚ ਖਾਸ ਗੱਲ ਇਹ ਹੈ ਕਿ ਜੋ ਅਸਲ ਜ਼ਿੰਦਗੀ ਦੇ ਵਿੱਚ ਫਾਦਰ ਸਨ ਦੀ ਜੋੜੀ ਹੈ, ਉਹ ਇਸ ਫਿਲਮ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਨਜ਼ਰ ਆਵੇਗੀ। ਯਾਨੀ ਕਿ ਪੁੱਤ ਤੇ ਪਿਓ ਦੀ ਜੋ ਜੋੜੀ ਆ ਔਨ ਸਕਰੀਨ ਵੀ ਸਾਨੂੰ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਗਿੱਪੀ ਗਰੇਵਾਲ ਜੋ ਆ ਉਹਨਾਂ ਦੇ ਵੱਲੋਂ ਦਲਜੀਤ ਦੋਸਾਂਝ ਦੇ ਨਾਲ ਵੀ ਜੋ ਜਿਵੇਂ ਦੇ ਰਿਸ਼ਤੇ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਹੁਤ ਮਤਲਬ ਵਧੀਆ ਤਰੀਕੇ ਨਾਲ ਕੰਮ ਕੀਤਾ, ਪਰ ਹੁਣ ਦੇ ਟਾਈਮ 'ਚ ਅਜਿਹਾ ਆ ਕਿ ਸਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਜੋ ਲੋਕ ਹੈ ਉਹ ਇਕੱਠਿਆ ਨਹੀਂ ਫਿਲਮ 'ਚ ਲੈ ਸਕਦੇ ਕਿਉਂਕਿ ਸਾਡੀ ਫੀਸ ਹੀ ਇੰਨੀ ਆ। ਤਾਂ ਇਹ ਵੀ ਗੱਲਾਂ ਉਹਨਾਂ ਦੇ ਵੱਲੋਂ ਆਪਣੇ ਪ੍ਰਮੋਸ਼ਨ ਦੇ ਦੌਰਾਨ ਇੰਟਰਵਿਊਜ਼ ਦੇ ਵਿੱਚ ਸਾਂਝੇ ਕੀਤੀਆਂ ਗਈਆਂ ਸੀ, ਜਿਸ ਦੇ ਬਾਅਦ ਫੈਨਸ ਦਾ ਵੀ ਕਿਤੇ ਨਾ ਕਿਤੇ ਭੁਲੇਖਾ ਜੋ ਸੀਗਾ ਉਹਨਾਂ ਦੇ ਮਨ ਦੇ ਵਿੱਚ ਕਿ ਸ਼ਾਇਦ ਗਿੱਪੀ ਔਰ ਦਲਜੀਤ ਦੇ ਵਿੱਚ ਕੋਈ ਕੰਟਰੋਵਰਸੀ ਚੱਲ ਰਹੀ ਆ, ਉਹ ਵੀ ਦੂਰ ਹੋ ਗਿਆ ਹੋਵੇਗਾ।